ਤੇ ਘਰੇ ਬਹਿ ਕੇ ਤਾਂ ਰੇਹ ਕੀ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ। ਮੇਰੇ ਕੋਲ 2 ਕਿੱਲੇ ਪੈ ਗਿਆ, ਮੈਂ ਮੋਟਰਾਂ ਬੰਨ ਕੇ ਰੋਟੀ ਖਾਣਾ ਇੱਥੇ। ਆ ਪਤਾ ਕੀ ਗੱਲ, ਆਪਣੇ ਨੌਜਵਾਨ ਮੁੰਡੇ ਕੋਈ ਗੁੱਸਾ ਵੀ ਨਾ ਮੰਨਣ। ਰੇਹ ਕਹਿੰਦਾ ਮੈਂ ਕੈਨੇਡਾ ਜਾਣਾ, ਮੈਂ ਗਿਆ ਸੀ 1 ਮਹੀਨਾ 20 ਦਿਨ ਲਾਏ, ਮੇਰੇ ਉਹਨਾਂ ਨੇ ਧੂਆਂ ਕੱਢਤਾ 11 ਘੰਟੇ ਲਵਾਉਂਦੇ ਸੀ। ਜੇ ਮੜਾ ਜਿਹਾ ਬੋਲਿਆ ਕਹਿੰਦੇ ਚੱਕ ਡੱਬਾ ਚੱਲ ਘਰ ਨੂੰ। ਇੱਥੇ 2 ਕਿੱਲਿਆਂ ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ 'ਚ ਨਹੀਂ ਹੋਈ। ਮੈਂ ਇੱਥੋਂ ਕਈ ਸੁਪਨੇ ਲਈ ਜਾਂਦੇ ਵੀ ਕਿੱਲਾ ਵੇਚਦਾ ਕੈਨੇਡਾ ਜਾ ਵੜਾਂਗੇ। ਉੱਥੇ ਸਾਡਾ ਇਹ ਹਾਲ ਆ, ਜਿਹੜਾ ਨਵੇਂ ਸਟੂਡੈਂਟ ਜਾਂਦੇ ਆ ਜਾਂ ਕੋਈ ਗੁੱਸਾ ਵੀ ਨਾ ਮੰਨਿਓ, ਜਿਹੜਾ ਕੀੜੇ ਵਾਲਾ ਕੁੱਤਾ ਭੱਜਿਆ ਫਿਰਦਾ ਉਹਨੂੰ ਟੰਬਾ ਰੇਖ ਚੱਕ ਲੈਂਦਾ, ਉੱਥੇ ਨਹਾਉਂਦੇ ਵੀ ਨਹੀਂ। वाहेगुरु जी का खालसा, वाहेगुरु जी की फतेह। गुरु प्यारे, तुसीं सब आखूबी जानते हो कि किसान मोर्चे पूरे पंजाब विच थां थां ते लगे हुए ने, ते इन्हां मोर्चियां विच कुछ सीधे साधे अजिहे किसान भी शामिल हो रहे ने जो दिल खोल के सच्चियां ते साफ गल्लां करदे ने। आओ तुहानू एक अजिहे ही किसान दियां सीधियां ते स्पष्ट गल्लां सुणाने आ, नाल वखाने आ। इन्हां तों की होणा, इन्हां ने तां आप भी डांगा खाधियां, नवियां दी भी पवा देणियां। इह ना सोचिया करो, अद्धे गल्लां सुनाई जांदे थल्ला दे बैठे। रेह दी बोरी 30 रुपए वध गई, पहला 1150 दी सी, हुण तां 1180 दी होगी। आ डीजल बंद हो जाणा, उहदा आपे ही तुहानूं धरना छड्ड के भजणा पैणा। इहे जिहियां गल्लां करी जांदे थड़िआं दे बैठे हजे वी। उहनां नूं मेरे भरा सारे हटाओ ते धरने च लियाओ वध तों वध। इक मेरी बेनती इह आ वी किसान यूनियन जथेबंदी दा साथ लिया करो। जदों किसान यूनियन वालिआं दी ट्राली आउंदी आ पिंड च, अद्धे तां लोक ही जांदे, उह यूनियन वाले आउंदे, इहनां नूं 100 रुपया कितें ना पा डालो, कोई बाहरों जिंदा ला के निकल जांदा। फिर ही मंगा जितिया जानिया, फिर ही दिल्ली पहुंचा जाना। जे साथ देवोंगे ते जे कह दी आपां वी लारो जिंदा, फिर तां दिल्ली पहुंचे ही पए आ आपां। इक जिहड़ा वीर जिन्ने भी साढ़े 28-30 पिंड आ साढ़े मीटर अंदर आ, 2-2 AC चलदे आ, हरेक घरे हीटर पिया, एवें स्पीकर च भला कोई सौं खाई जावे पिया नहीं, साढ़े ताप लग्गिया वा, साग हीटर ते ही रहिंदे आ। अहीं तां कहिंदे आ वी इक चोरी आपणे कोल, इह करन नूं इही कर लो, बाकी तां आपणे कुट्टी पैंदी आ। 3 पार्ट जदों आपां कुट का चुके आ, तुहानूं पता केजरीवाल तों वी पै गईआं सारिआं दे, साधु शाह नूं भी जिता लिया, होरां नूं भी जिता लिया, कुट पैगी धर के। हुण आपां देख लिया कुट खा के सारिआं ने, हुण आपां इहनां नाल असीं एवें नहीं लड़े। असीं वी ताकत उपरे दा हिसाब कहिंदे, जिहड़ा लंगर भन के मुड़े आउंदे आ इह तां आपे मुड़े आउणगे, कोई नहीं इस तरह इहनां दे नाल जांदे नहीं। हुण सारे रले आ, मुंडे वी आउंदे आ नाल, बजुर्ग वी आउंदे आ, जिन्ने वध तों वध 30,000 रुपया ग्राही इकट्ठी हुंदी सी सिआं महीनिआं दी। इहनां ने स्पीकर दी मंग कीती साडे पार्टी दे बंदिआं ने, जिहड़े पहिलां मूहरे आ, 10 दिनां च मुंडिआं ने 30,000-32,000 दा साउंड लिया था, पूरा हो जाऊंगा ਖੂਜਾ ਦਾ ਹੀ ਸੈੱਟ ਲਿਆਤਾ ਵੀ ਬੋਲਣ ਵਾਸਤੇ ਵੀ ਇਹ ਆਪਣੇ ਲਈ ਲੜਦੇ ਆ। ਇਹਨਾਂ ਨੇ ਬਹੁਤ ਨਵੇਂ ਮੁੰਡੇ ਜੋੜੇ ਆ। ਹੁਣ ਕੈਂਟਰ ਲੈਣ ਦੀ ਸਕੀਮ ਆ ਵੀ ਸਾਰੇ ਮੁੰਡੇ ਜੁੜੋ ਜਿੰਨੇ ਵੱਧ ਤੋਂ ਵੱਧ, ਤੇ ਸੱਥਾਂ ਵਾਲਿਆਂ ਦੀ ਨਾ ਸੁਣਿਆ ਕਰੋ। ਇੱਕ ਮੇਰੀ ਹੱਥ ਬੰਨ ਕੇ ਬੇਨਤੀ ਆ, ਵਿਆਹ ਦੀ ਜਾ ਕੇ ਮੇਰੇ ਘਰ ਮੱਛਰ ਜਾਂਦਾ, ਜੀਜਾ ਆ ਗਿਆ, ਸਾਲੀ ਤੋਂ ਦੀ ਪੈਸੇ ਸਿੱਟ ਰਹੇ ਆ, ਉੱਥੇ 500 ਘੱਟ ਸਿੱਟ ਦਿਓ, ਇਹਨਾਂ ਨੂੰ ਦੇ ਦਿਓ। ਜੇ ਦਿਨੋਂ ਦਿਨ ਇਹਨਾਂ ਨੂੰ ਆਪਾਂ ਫੰਡ ਵਧਾਵਾਂਗੇ ਨਾ, ਫੇਰ ਹੀ ਜਾ ਕੇ ਕੋਈ ਦਿੱਲੀ ਜਿੱਤੀ ਜਾਣੀ ਆ। ਨਹੀਂ ਘਰੇ ਬਹਿ ਕੇ ਤਾਂ ਰੇਹ ਕੀ ਦਿੱਲੀ ਦੀਆਂ ਗੱਲਾਂ ਮਾਰ ਦਿੰਦਾ। ਮੇਰੇ ਕੋਲ 2 ਕਿੱਲੇ ਪੈ ਗਿਆ, ਮੈਂ ਮੋਟਰਾਂ ਬੰਨ ਕੇ ਰੋਟੀ ਖਾਣਾ ਇੱਥੇ। ਆ ਪਤਾ ਕੀ ਗੱਲ, ਆਪਣੇ ਨੌਜਵਾਨ ਮੁੰਡੇ ਕੋਈ ਗੁੱਸਾ ਵੀ ਨਾ ਮੰਨਣ। ਰੇਹ ਕਹਿੰਦਾ ਮੈਂ ਕੈਨੇਡਾ ਜਾਣਾ, ਮੈਂ ਗਿਆ ਸੀ 1 ਮਹੀਨਾ 20 ਦਿਨ ਲਾਏ, ਮੇਰੇ ਉਹਨਾਂ ਨੇ ਧੂਆਂ ਕੱਢਤਾ, 11 ਘੰਟੇ ਲਵਾਉਂਦੇ ਸੀ। ਜੇ ਮਾੜਾ ਜਿਹਾ ਬੋਲਿਆ ਕਹਿੰਦੇ ਚੱਕ ਡੱਬਾ ਚੱਲ ਘਰ ਨੂੰ। ਇੱਥੇ 2 ਕਿੱਲਿਆਂ ਤੇ ਮੈਂ ਉਹ ਐਸ ਕਰਦਾ ਜਿਹੜੀ ਕੈਨੇਡਾ 'ਚ ਨਹੀਂ ਹੋਈ। ਮੈਂ ਇੱਥੋਂ ਕਈ ਸੁਪਨੇ ਲਈ ਜਾਂਦੇ ਵੀ ਕਿੱਲਾ ਵੇਚਦਾ ਕੈਨੇਡਾ ਜਾ ਵੜਾਂਗੇ। ਉੱਥੇ ਸਾਡਾ ਇਹ ਹਾਲ ਆ, ਜਿਹੜਾ ਨਵੇਂ ਸਟੂਡੈਂਟ ਜਾਂਦੇ ਆ ਜਾਂ ਕੋਈ ਗੁੱਸਾ ਵੀ ਨਾ ਮੰਨਿਓ, ਜਿਹੜਾ ਕੀੜੇ ਵਾਲਾ ਕੁੱਤਾ ਭੱਜਿਆ ਫਿਰਦਾ ਉਹਨੂੰ ਟੰਬਾ ਰੇਖ ਚੱਕ ਲੈਂਦਾ। ਉੱਥੇ ਨਹਾਉਂਦੇ ਵੀ ਨਹੀਂ, ਮੁਸਕੇ ਵਾਲਾ ਬਰਗਰਾ ਬਲੇਟ ਕੇ ਕਾਗਜ਼ ਭੱਜੇ ਹੀ ਫਿਰਦੇ ਆ। ਗਾਂ ਵਾਲੀ ਪੀੜ੍ਹੀ ਨੂੰ ਸੁੱਖ ਹੋਇਆ ਨਹੀਂ ਹੋਇਆ, ਇਹਦਾ ਗਾਂ ਕਿਸੇ ਨੇ ਕਿਹਨੇ ਦੇਖਿਆ ਜਦੋਂ ਮਰ ਗਏ, ਤੇ ਬੁੜੇ ਤਾਂ ਬੈਠੇ ਆ, ਰੋਟੀ ਐਂ ਛੱਡ ਜਾਂਦੇ ਆ 6-6 ਮਹੀਨੇ, ਕੋਈ ਬੁੜਿਆਂ ਨੂੰ ਪੁੱਛਦਾ ਨਹੀਂ। ਤੇ ਇੱਕ ਬੁੜੀ ਸਾਡੇ ਪਿੰਡ ਦੀ ਉੱਥੋਂ ਆਈ ਆ, ਮੈਂ ਨਾਂ ਨਹੀਂ ਲੈਣਾ, ਉਹਨੂੰ ਕਹਿੰਦਾ ਤੈਨੂੰ 2 ਮਹੀਨੇ ਨੂੰ ਇਲਾਜ ਹੋਊਗਾ ਤੇਰਾ। ਇੱਥੇ ਗੱਲਾਂ ਮਾਰਦੇ ਆ, ਉੱਥੇ ਸਹੂਲਤਾਂ ਫਲਾਨਾ, 2 ਮਹੀਨਿਆਂ ਜਾਂ ਚੋ ਲਾ ਕੇ ਲਿਆਂਦੀ, ਹੁਣ ਜਿਹੜੀ ਬੁੜੀ ਨਾਲ ਮਰਜੀ ਉਹਦਾ ਘੋਲ ਕਰਾ ਲਓ, ਬੁੜੀ ਦੀਆਂ ਗੱਪਾਂ ਲਵਾ ਦੂ, 2 ਮਹੀਨੇ 'ਚ ਡਾਕਟਰਾਂ ਨੇ ਰਾਜ਼ੀ ਕਰਤੀ। ਅੱਛਾ ਗੱਲਾਂ ਮਾਰਦੇ ਆ, ਉੱਥੇ ਸਾਨੂੰ ਸਹੂਲਤਾਂ, ਕਾਹਦੀਆਂ ਸਹੂਲਤਾਂ, ਜਹਾਜ਼ 'ਚੋਂ ਲਾ ਕੇ ਲਿਆਂਦੀ ਸੀ ਉਹ ਮਰਨ ਵਾਲੀ, ਜਿਹੜੇ ਹਿਸਾਬ ਨਾਲ ਉਹਨੂੰ ਟਾਈਮ ਦਿੱਤਾ ਵਾ ਸੀ ਨਾ, ਬਈ 2 ਮਹੀਨਿਆਂ ਨੂੰ ਇੱਥੇ ਫੁੱਲ ਕੱਲੀ ਕੈਨੇਡਾ ਅਮਰੀਕਾ ਮਰੂਕਾ ਸਾਡੇ ਟਰੈਕਟਰਾਂ ਦੇ ਝੰਡੇ ਆ, ਕੈਨੇਡਾ ਦੇ ਅਮਰੀਕਾ ਦੇ, ਸਾਡੇ ਦਿਮਾਗ 'ਚ ਕੀੜਾ ਵੜ ਗਿਆ। ਜਿਹੜਾ ਜਾਇਆ ਉਹ ਦੇਖੋ, 20 ਦਿਨਾਂ 'ਚ ਉਹਨਾਂ ਨੇ ਮੇਰੀ ਉਹ ਚੀਕ ਮਰਾਤੀ ਜਿਹੜੀ ਮੇਰੀ 8 ਚੀਕ ਨਹੀਂ ਸੀ ਵੱਜੀ ਕੰਮ ਕਰਦੇ ਸੀ। ਦਿਨ ਰਾਤ ਮੋਟਰਾਂ ਦਾ ਕੰਮ ਕਰਦਾ ਮੈਂ, ਵੀ ਮੌਜ ਕਰਦਾ 2 ਕਿੱਲੇ ਪੈਲੀ 'ਚ, ਜਿਹਦੋਂ ਜਿੱਤ ਕਰਦਾ ਕੱਦੂ ਤੋੜ ਲਿਆਉਂਦੇ ਆ, ਜਿਹਦੋਂ ਜਿੱਤ ਕਰਦਾ ਮਿਰਚਾਂ ਤੋੜ ਲਿਆਉਂਦੇ ਆ, ਉੱਥੇ ਮਿਰਚਾਂ ਕੱਦੂ ਨਹੀਂ ਮਿਲਣੇ। ਜੇ ਮਸ਼ੀਨ ਕੋਈ ਚੱਲੇਗਾ ਤਾਂ ਪੈਸੇ ਮਿਲਣੇ ਨਹੀਂ ਮਿਲਣੇ ਨਹੀਂ। ਅਗਲਾ ਕਹਿੰਦਾ ਚੱਕ ਡੱਬਾ ਘਰ ਨੂੰ ਚੱਲ, ਤੇ ਜੇ ਕੋਈ ਉੱਥੇ ਕਾਰ ਵਾਸਤੇ ਮੈਂ ਕੰਮ ਕਰਨ ਗਿਆ, ਕਈਆਂ ਬਈਆਂ ਨੂੰ ਗੁੱਸਾ ਵੀ ਲੱਗੂਗਾ। ਇੱਕ ਐਡਾ ਢੱਡ ਲੈ ਕੇ ਆਇਆ, $75 ਲਾ ਕੇ ਆਇਆ ਗਾ ਮਿਸੀਸਾਗਾ ਤੋਂ ਟੋਰਾਂਟੋ, ਉਹ ਕਹਿੰਦਾ ਜਿਹੜਾ ਸਿਆਣਾ ਗੋਰਾ ਸੀ ਉਹ ਕਹਿੰਦਾ ਐਡਾ ਢੱਡ ਬੰਨੀ ਫਸਦਾ, ਇੱਥੇ ਤਾਂ ਬੈਠ ਹੀ ਨਹੀਂ ਕੱਢੇ ਜਾਣੇ ਗੱਡੀਆਂ ਚੋਂ।
90 ਦੀ ਸਪੀਡ ਛੱਡ ਕੇ 110 ਦੀ ਸਪੀਡ ਤੇ ਚੱਲਣਾ ਪੈਂਦਾ। ਇੱਥੇ ਗੱਲਾਂ ਮਾਰੀਆਂ ਦਿਆ, ਜਿਹੜੇ ਉੱਥੇ ਫਸ ਗਏ ਉਹਦਾ ਫਸ ਗਏ, ਤੇ ਮੇਰੇ ਅੱਗੇ ਤਾਂ ਬੈਸਟਰ ਭੱਜਿਆ ਏ। ਜਿਹੜੇ ਕਾਰ ਵਾਸਤੇ ਸੀਗੇ ਲੱਗੇ ਕਾਰ ਵਾਸਤੇ, ਉਹ ਕਹਿੰਦੇ ਬਾਈ ਤੁਸੀਂ ਤਾਂ ਜਾਣਾ, ਸਾਥੋਂ ਤਾਂ ਨੀ ਹੁਣ ਮੁੜਿਆ ਜਾਣਾ, ਇੱਥੇ ਇੱਥੇ ਹੀ ਮਰਨਾ ਪੈਣਾ। ਪਹਿਲਾਂ ਤਾਂ ਗੱਡੀ ਦੀਆਂ ਗੈਸਟਾਂ ਕੀੜੇ ਪੈ ਜਾਂਦੇ ਆ, ਉਹ ਮੋੜੀ ਚੱਲ ਉਹ ਨੀ ਕੀੜੇ ਮਰਦੇ, ਫਿਰ ਘਰ ਵਾਲੀਆਂ ਗੈਸਟਾਂ ਦੇ ਕੀੜੇ ਪੈ ਗਏ ਉਹ ਨੀ ਮਰਦੇ। ਫਿਰ ਉੱਥੇ ਤਿੰਨ ਗੱਲਾਂ, ਕਿਹੜੇ ਵੇਲੇ ਘਰ ਵਾਲੀ ਨੇ ਤਲਾਕ ਦੇ ਦੇਣਾ, ਕਿਹੜੇ ਵੇਲੇ ਮੀਂਹ ਪੈ ਜਾਣਾ, ਕਿਹੜੇ ਵੇਲੇ ਕਿਸੇ ਨੇ ਕੰਮ ਤੋਂ ਭਜਾ ਦੇਣਾ, ਇਹ ਤਿੰਨ ਗੱਲਾਂ ਉੱਥੇ ਪਹਿਲਾਂ। ਜਿਹੜਾ 2 ਟਰਾਲੀਆਂ ਲੱਕੜਾਂ ਦਾ ਤੁਸੀਂ ਉੱਥੇ ਘਰ ਲੈਂਦੇ ਹੋ ਨਾ, ਜਾ ਕੇ ਇੱਥੋਂ 10-10 ਕਿੱਲੇ ਵੇਚ ਕੇ ਸਰਦਾਰ ਬੰਦੇ ਉੱਥੇ ਦਿਹਾੜੀਆਂ ਕਰਦੇ ਫਿਰਦੇ, ਦਿਹਾੜੀਆਂ ਨੀ ਹੁੰਦੀਆਂ। ਫਿਰ ਕੋਈ ਜੀ ਵਾਲੀ ਖਾਂਦਾ, ਕੋਈ ਉੱਥੇ ਸਰ ਖਾਂਦਾ, ਕੋਈ $3 ਦੀ ਕਾਮ ਨੀ ਖਾਂਦਾ, ਕੋਈ ਫਿਰ ਦਿਹਾੜੀ ਲੱਗਦੀ ਆ। ਗੱਲਾਂ ਮਾਰਦੇ ਤੁਸੀਂ ਵੱਡੀਆਂ, ਪਰ ਜੇ ਦਿੱਲੀ ਜਿੱਤਣੀ ਆ ਨਾ, ਇਹਨਾਂ ਦੇ ਨਾਲ ਰਲੋ। ਜੇ ਜ਼ਮੀਨਾਂ ਦਿੱਲੀਆਂ ਫੇਰ ਜਿੱਤੀਆਂ ਜਾਣੀਆਂ ਆਪਣੇ ਕੋਲੇ, ਇਹਨਾਂ ਦਾ ਵੱਧ ਤੋਂ ਵੱਧ ਜਥੇਬੰਦੀ ਦਾ ਸਾਥ ਦੇਵੋ। ਜਿਹੜਾ ਉਹ 2 ਟਰਾਲੀ ਲੱਕੜਾਂ ਦੀ ਘਰ ਆ ਨਾ, ਬੰਦੇ ਦੇ ਧੌਲੇ ਆ ਜਾਂਦੇ ਆ, ਤੇ ਉਦੋਂ ਨੂੰ ਜਵਾਕ ਪੁੱਛਦੇ ਨੀ, ਰੋਟੀ ਨੀ ਦਿੰਦੇ ਬੰਦੇ ਨੂੰ। ਜਾਂ ਤਾਂ ਉਹ ਇੱਧਰ ਆਉਂਦਾ, ਇੱਧਰਲੇ ਵੀ ਆਪਣੇ ਵਾਲੇ ਝਾਕਦੇ ਐਡੀਡਾਸ ਦੇ ਬੂਟ ਲਿਆਇਆ, ਮੋਬਾਈਲ ਲਿਆਇਆ ਦੇਵੇਗਾ। ਫੇਰ ਆ ਉਹ ਆਪਣੇ ਕੋਲੇ ਪੈਨਸ਼ਨ ਹੁੰਦੀ ਆ, ਉਹ ਵੀ 58 ਸਾਲ ਦਾ ਹੀ ਕੰਮ ਕਰੂਗਾ ਤਾਂ ਮਿਲਣੀ ਆ। ਜਿਹੜਾ 2 ਟਰਾਲੀ ਲੱਕੜਾਂ ਦਾ ਘਰ ਆ, ਜੇ ਆਪਣੇ ਵਾਲਾ ਸ਼ਰਾਬੀ ਚੰਗੀ ਬੋਤਲ ਪੀ ਕੇ ਦੇਸੀ ਦੀ ਲਾਚੜ ਜੇ ਨਾ, ਉਹ 2 ਘੰਟਿਆਂ ਚ ਫੜ ਕੇ ਟਰਾਲੀ ਚ ਲੱਦ ਤੂੰ ਉਹ ਘਰ ਨੂੰ, ਜਿਹੜੀ ਸਾਡੀ ਹਾਲਤ ਹੋਈ ਪਈ ਆ। ਇੱਥੇ ਹਲ ਝਾਕੋ, ਉਧਰ ਦੇ ਸੁਪਨੇ ਨਾ ਲਓ, ਜਿਹੜੇ ਜਾਵੜੇ ਉਹਨਾਂ ਨੂੰ ਪੁੱਛੋ, ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦੇਵੋ। ਡਾਂਸਰਾਂ ਦੇ ਜਿਹੜੇ ਪੈਸੇ ਛੱਡਦੇ ਆ 2-2 ਹਜ਼ਾਰ ਨਾ ਪਾਰਟੀ ਦੇ ਮਾਰੇ, ਵੀ ਮੈਂ ਸਾਲਾ ਜਾਂ ਮੈਂ ਪ੍ਰਾਹੁਣਾ ਗਾ ਜਾਂ ਮੈਂ ਫਲਾਨਾ ਗਾ ਜਾਂ ਮੈਂ ਤਕੜਾ, ਮੇਰਾ ਨਾਂ ਬੋਲੋ, ਉਹਦੇ ਵਾਸਤੇ ਇਹਨਾਂ ਦਾ ਸਾਥ ਦੇਵੋ। 1000-1500 ਰੁਪਇਆ ਦੇਵੋ ਇਹਨਾਂ ਨੂੰ, ਜਿਹਦੇ ਮੀਟਰ ਅੰਦਰ ਆ 28 ਪਿੰਡਾਂ ਦੇ ਵਿੱਚ, ਉਹ ਬੰਦੇ ਗੱਲ ਕੰਨ ਖੋਲ ਕੇ ਸੁਣਨ, 100-100 ਰੁਪਇਆ ਨੂੰ ਮਹੀਨੇ ਦਾ ਦੇਣ, 1200 ਆਪਾਂ 600 ਦੇ ਮਹੀਨੇ ਵਾਸੀ ਆ, ਮਹੀਨੇ ਬਾਅਦ ਵੀ ਗ੍ਰਾਹੀ ਕਰਦੇ 600 ਦੇਵਾਂਗੇ ਨਾ, ਸਾਲ ਦਾ 1200 ਰੁਪਇਆ ਬਣਦਾ। ਜੇ ਮੀਟਰ ਬਾਹਰ ਹੋ ਗਏ ਨਾ, ਜਿਹੜੇ ਹੁਣ ਲੈਟਰੀਨ ਚ ਨਾ ਬਾਥਰੂਮਾਂ ਚ ਨਹਾਉਂਦੇ ਆ, ਬਲਬ ਜਗਾ ਜਗਾ, ਇਹਨਾਂ ਨੇ ਕਹਿਣਾ ਹਨੇਰੇ ਦੀ ਲੈਟਰੀਨ ਬਹਿ ਜਾਂਗੇ। ਤੁਸੀਂ ਇਹ ਦੇਖ ਲਿਓ, ਇਹ ਅੱਛੋ ਨਾ, ਇਹ ਤੁਹਾਡੇ ਨਾਲ ਗੱਲਾਂ ਹੋਣੀਆਂ, ਇਹ ਗੱਲ ਨੀ, ਇਹ ਤੁਸੀਂ ਦੇਖਣਾ ਇੱਥੇ ਡਰਾਮਾ ਨੀ ਦੱਸ ਰਿਹਾ। ਜਿਹੜੇ ਪਿੰਡ ਮੀਟਰ ਬਾਹਰ ਆ ਨਾ, ਜਿਹੜੇ ਪਿੰਡ ਮੀਟਰ ਬਾਹਰ ਆ, ਉਹਨਾਂ ਨੂੰ ਫਿਕਰ ਪੈ ਜਾਂਦਾ ਵੀ ਸਾਡੀ 15 ਤਾਂ ਗਈ ਜੇ, 8 ਹਜ਼ਾਰ ਆ, 10 ਹਜ਼ਾਰ ਆ, ਆਪਾਂ 20-30 ਹਜ਼ਾਰ ਦਾ ਸੌਦਾ ਨੀ ਖਾਂਦੇ ਮਹੀਨੇ ਚ, ਤੇ ਉਹਨਾਂ ਨੂੰ ਨੀਂਦ ਨੀ ਆਉਂਦੀ ਬਿੱਲ ਲਾਉਣ ਵਾਲਾ 8-8 10-10 ਹਜ਼ਾਰ ਰੁਪਇਆ ਬਿੱਲ ਲਾਉਂਦਾ। ਤੇ ਸਾਡੇ 2 ਰਿਸ਼ਤੇਦਾਰੀਆਂ ਮੀਟਰ ਬਾਹਰ ਪਿੰਡਾਂ ਵਾਲੇ ਜਾ ਚੀਕਾਂ ਮਾਰਦੇ ਆ, ਸਾਡੇ 2 AC ਚੱਲਦੇ ਆ, ਦਿਨ ਰਾਤ ਬੰਦ ਨੀ ਕਰਦੇ, ਕੁੰਡੀ ਲੱਗੀ ਵੀ ਆ, ਇਹੀ ਸਰਕਾਰ ਦੀ ਚੋਰੀ ਆ, ਕਰਾਂਗੇ ਜਿੱਥੇ ਆਪਣਾ ਜ਼ੋਰ ਚੱਲਦਾ। ਕਿਸਾਨ ਜਥੇਬੰਦੀ ਕਰਕੇ ਸਾਡੇ ਪਿੰਡ ਚ ਸ਼ਹੀਦ ਸਾਧੂ ਸਿੰਘ ਪਿੰਡੋਂ ਆ ਸੀ, ਪਰ ਮੈਂ ਪਿੰਡ ਵਾਲਿਆਂ ਨੂੰ ਹਜੇ ਵੀ ਕਹਿੰਦਾ ਵੀ ਉਹ ਸ਼ਹੀਦ ਨੀ ਹੋਇਆ, ਹਜੇ ਉਹ ਜਿਉਂਦਾ, ਤੁਹਾਡੇ ਲਈ ਸ਼ਹੀਦ ਹੋਤੇ ਹੋਣਾ ਜਿੱਦਾਂ ਤੁਹਾਡੇ ਮੀਟਰ ਬਾਹਰ ਆ ਗਏ ਸੜਕਾਂ ਤੇ, ਫਿਰ ਤੁਹਾਨੂੰ ਪਤਾ ਲੱਗਣਾ, ਫਿਰ ਤੁਹਾਡਾ ਦਿਮਾਗ ਟਿਕਾਣੇ ਆਉਣਾ। ਅਸੀਂ ਇਕੱਲੇ ਇਕੱਲੇ ਘਰ ਜਾ ਕੇ ਪਿੱਟਦੇ ਆ, ਵਿੱਚ ਪਤਾ ਕੀ ਗੱਲ ਆ, ਜਦੇ ਬੰਦਗਾਂ ਦੇ ਆਗੂ ਆ, ਸਾਨੂੰ ਝੰਡੇ ਦੇ ਤੇ ਸਾਡੇ ਟਰੈਕਟਰ ਤੋਂ ਝੰਡਾ ਲਾ ਲਿਆ, ਬੰਦਿਆਂ ਨੇ ਇਹ ਵੀ ਫੈਸਲਾ ਲਿਆ, ਪਰ ਆਪਾਂ ਟਰੈਕਟਰ ਤੇ ਝੰਡਾ ਲਾ ਸਕਦੇ ਆ। ਵੱਧ ਤੋਂ ਵੱਧ ਬੰਦਿਆਂ ਨੂੰ ਜੋੜੋ, ਆਹ ਕੈਨੇਡਾ ਆਸਟ੍ਰੇਲੀਆ ਦੇ ਝੰਡੇ ਲਾਹੋ ਜਿਨ੍ਹਾਂ ਦੇ ਆਪਾਂ ਗੁਲਾਮ ਆ, ਹੁਣ ਤਾਂ ਤੁਸੀਂ ਹੱਸਦੇ ਆ, ਆਪਾਂ ਪਹਿਲਾਂ ਵੀ ਗੁਲਾਮ ਸੀ ਹੁਣ ਵੀ ਗੁਲਾਮ ਆ, ਉੱਥੇ ਜਾ ਕੇ ਦਿਹਾੜੀਆਂ ਹੀ ਆ, ਇੱਥੇ ਨਾਲ ਦੀਆਂ ਮੌਜਾਂ ਹੈ ਨੀ, ਸਾਰੇ ਕੈਨੇਡਾ ਚ ਗੇੜੇ ਕੱਢ ਲਿਓ, ਜਾਂ ਤਾਂ ਪੰਜਾਬੀਆਂ ਦੇ ਲੰਗਰ ਖੀਰ ਮਿਲਦੀ ਆ, ਨਹੀਂ ਇੱਥੇ ਦਿਨ ਰਾਤ ਚੋਂ ਦੁੱਧ ਚ ਪੱਤੀ ਮਿਲਦੀ ਆ। ਜਦੋਂ 3 ਵਜੀਆਂ ਦੇ ਤੁਸੀਂ ਕੋਈ ਹਾਥੀਆਂ ਨੂੰ ਸੁੱਟ ਲੈਂਦਾ, ਕੋਈ ਟਰਾਲੀ ਨੂੰ ਸੁੱਟ ਲੈਂਦਾ, ਕੋਈ ਇੱਥੇ ਰਾਤ ਰਹਿ ਕੇ ਰਾਜੀ ਨੀ, ਅਸੀਂ ਰਾਤਾਂ ਰਹਿ ਕੇ ਗਏ ਆ, ਸਾਨੂੰ ਪਤਾ, ਪਰ ਅਸੀਂ ਇਹ ਕਹਿੰਦੇ ਆ ਵੀ ਜਿਹਦਾ ਸਰਦਾ ਹੱਥ ਬੰਨ ਕੇ ਬੇਨਤੀ ਆ, ਜ਼ਰੂਰ ਜਥੇਬੰਦੀ ਦਾ ਸਾਥ ਦਿਓ ਮੇਰੇ ਭਰਾ। ਜੇ 20-20 ਬੰਦੇ ਪਿੰਡ ਚੋਂ ਆਉਂਦੇ ਆ, 5-5 ਬੰਦੇ ਦੀ ਰਾਤ ਰਹੋ ਇਹਨਾਂ ਦੇ ਨਾਲ, ਇਹਨਾਂ ਦਾ ਵੀ ਹੌਸਲਾ ਵਧੇ। ਜੇ ਆਪਾਂ ਸਾਰੇ ਏਕਾ ਕਰਾਂਗੇ ਤਾਂ ਹੱਲ ਹੋਣਾ। ਮੇਰੇ ਭਰਾ ਤੁਹਾਨੂੰ ਹੱਥ ਬੰਨ ਕੇ ਬੇਨਤੀ ਆ, ਪਿੰਡ ਪਿੰਡ ਗ੍ਰਾਹੀ ਇਕੱਠੀ ਕਰਨਗੇ, ਵੱਧ ਤੋਂ ਵੱਧ ਇਹਨਾਂ ਦਾ ਗ੍ਰਾਹੀ ਇਕੱਠੀ ਕਰਾਓ, ਵੱਧ ਤੋਂ ਵੱਧ ਇਹਨਾਂ ਦਾ ਸਾਥ ਦੇਵੋ। ਤੇ ਜੇ ਆਪਾਂ ਸੁਪਨੇ ਬਾਹਰ ਦੇ ਲੈਣੇ ਆ, ਬਾਹਰ ਤਾਂ ਜਿਹੜੀਆਂ ਮੈਂ ਤੁਹਾਨੂੰ ਸੁਣਾ ਦੀਆਂ ਇਹੀ ਆ, ਚੀਕਾਂ ਵੱਜਦੀਆਂ, ਨਾ ਤਾਂ ਕੋਈ ਬੀਬੀ ਵੀ ਨੀ ਉੱਥੇ, ਨਾ ਕੋਈ ਬਾਪੂ ਆ ਵੀ ਚੁੱਪ ਕਰਾ ਲੂ, ਇੱਥੇ ਜਾ ਕੇ ਲੱਸੀ ਦਾ ਗਲਾਸ ਭਰ ਲੈਂਦੇ ਆ, ਕੋਈ ਮਖਣੀ ਖਾ ਲੈਂਦਾ ਫਰਿੱਜ ਚੋਂ, ਕੋਈ ਕਹਿੰਦਾ ਦੇ ਦੇ ਭਾਪਾ 500 ਦੀ ਟੈਂਕੀ ਭਰਾਉਣੀ ਆ, ਉੱਥੇ ਕੋਈ ਭਾਪਾ ਨੀ, ਉੱਥੇ ਫਿਰ ਜਾਂ ਤਾਂ ਬੂਕ ਦੇ ਲੈਟਰੀਨਾਂ ਚ ਬਹਿ ਕੇ, ਕੋਈ ਅੰਦਰ ਬਹਿ ਕੇ ਪੜਦੇ ਨਾ ਬੂਕ ਦਾ, ਤਾਂ 20 ਲੱਖ ਮਗਰਲੇ ਦਾ ਲੱਗਿਆ ਹੁੰਦਾ, ਉਹ ਕਹਿੰਦਾ ਇੱਥੇ ਆਇਆ ਗੋਲੀ ਮਾਰੂ, ਇੱਥੇ ਭਲਾ ਸਰਫਾਸ ਕਾਲਾ। ਕਈਆਂ ਦਾ ਮੈਂ ਦੇਖਿਆ ਉੱਥੇ ਹਾਲ, ਇੱਧਰ ਨੂੰ ਮੁੜਨ ਦਾ ਨਾਂ ਨੀ ਲੈਂਦੇ ਮੁੜ ਕੇ। ਜਥੇਬੰਦੀ ਦਾ ਸਾਥ ਦੇਵੋ, 3 ਪਾਰਟੀਆਂ ਤੋਂ ਆਪਾਂ ਕੁੱਟ ਖਾ ਲਈ, ਜੇ ਕੋਈ ਤੁਹਾਡੀ ਚੌਥੀ ਦੀ ਸਕੀਮ ਆ ਹਜੇ ਖਾਣ ਦੀ, ਉਹ ਤੁਹਾਡੀ ਮਰਜ਼ੀ ਆ, ਪਰ ਮੈਂ ਕਹਿੰਦਾ ਵੀ ਜਥੇਬੰਦੀ ਦਾ ਵੱਧ ਤੋਂ ਵੱਧ ਸਾਥ ਦਿਓ। ਨਵੇਂ ਮੁੰਡੇ ਜੁੜੋ, ਸਾਡੇ ਪਿੰਡ 'ਚ ਅਸੀਂ ਜੁੜੇ ਆ, ਵੱਧ ਤੋਂ ਵੱਧ ਮੁੰਡੇ ਆਉਣੇ ਆ। ਸਾਰੇ ਮੇਰੇ ਭਰਾਵਾਂ ਨੂੰ ਬੇਨਤੀ ਆ ਵੀ ਜਿਹੜੇ ਤਾਂ ਸਕੁੱਟ ਆ ਉਹਨਾਂ ਨੂੰ ਵੀ ਜੋੜੋ, ਜਿਹੜਾ ਰੇਹੜੀ ਬੋਰੀ ਦਾ ਡਰਾਵੇ ਦੇਈ ਜਾਂਦੇ ਨਾ, ਉਹਨਾਂ ਨੂੰ ਵੀ ਜੋੜੋ। ਡੀਜ਼ਲ ਦਾ ਜਿਹੜਾ ਕਹਿੰਦੇ ਡਰਾਵੇ ਦਿੰਦਾ, ਡੀਜ਼ਲ ਮੁੱਕ ਗਿਆ, ਕੋਲਾ ਮੁੱਕ ਗਿਆ, ਉਹ ਉਹਨਾਂ ਦੇ ਵੀ ਕੰਮ ਖੜਨਗੇ ਨਾਲ, ਜੇ ਸਰਕਾਰਾਂ ਦੇ ਆਪਣੇ ਇਕੱਲਿਆਂ ਦੇ ਨਹੀਂ ਖੜਨੇ, ਆਪਣੇ ਕੋਲੇ ਬਥੇਰਾ ਰਾਸ਼ਨ ਪਿਆ, ਸਭ ਕੁਛ ਹੋਊਗਾ, ਸਭ ਦੀ ਫਸਲ ਬੀਜੀ ਜਾਊਗੀ,
किसान यूनियन जथेबंदी कोई नुकसान करके अपना राजी नहीं भी आप रेह ना मिले ते अपनी कणक ना बीजी जाए ते आप तेल ना मिले अपने ट्रैक्टर ना चलन हूं परसों का लैणा लगिया पंप से ही तेल मुक जाना बस मुकया अपने को ध्यान रखो कोई नहीं घबराओ ना जथेबंदी का साथ दो जो फैसला रहन गया अपने नाल रहना सारे का धन्यवाद जिन्हें धरने च पुजे पहुंचे हाँ जे किसी मेरा गुस्सा लग्या हाथ जोड़ के माफी चाहना अखंड बाणी नोटिफिकेशन रिंग करो।